फगवाड़ा च आए दिन ही गुंडागर्दी ते लुट्टां खोहां दे मामले सामने आंदे रहिंदे ने। ताज़ा मामला पिंड भुला राई तो सामने आया, जिथे बीड़ पुआद कोल एक व्यक्ति ते कुछ बंदिया ने हमला कर दिता। इस संबंधी जानकारी देंदे हुए पीड़ित व्यक्ति ने दस्या कि उन्हां दी किसी नाल आपसी रंजिश सी, जिस कारण उन्हां नूं अक्सर जानों मारन दीआं धमकियां दित्तियां जांदियां सन, जिस कारण अज उन्हां ते हमला होया। मामला यही आ, तुहाडे सयां दा थोड़ा जिहा झगड़ा चलदा सी, उहदा राजीनामा हो गया सीगा, लेकिन धमकियां मिलदियां सी मैनूं, कहिंदे तैनूं चुका देणा, लेकिन उह अज काम हो गया, उहनां ने कराता। किहड़े व्यक्तियां ने कीता जी? पिंड दे ही आए। की नाम वगैरह? ਨਾਮ ਵਗੈਰਾ ਉਹਨਾਂ ਦੇ ਇੱਕ ਸੁੱਖਾ ਆ, ਹਾਂਜੀ, ਇੱਕ ਪਾਲਾ ਕਹਿੰਦੇ ਆ, ਹਾਂਜੀ। ਕਿਹੜੇ ਪਿੰਡ ਤੋਂ ਆ? ਅਕਾਲਗੜ੍ਹ ਤੋਂ। ਹਾਂਜੀ, ਪਾਲਾ ਤਾਂ ਸ਼ਰੇਆਮ ਧਮਕੀਆਂ ਦਿੰਦਾ ਹੁੰਦਾ ਸੀ। ਅੱਜ ਕਿੱਥੇ ਹੋਈ ਲੜਾਈ ਤੁਹਾਡੀ? ਲੜਾਈ ਨਹੀਂ ਹੋਈ ਜੀ ਮੇਰੀ, ਹਾਂਜੀ, ਮੈਂ ਤਾਂ ਆਪਣੇ ਘਰੋਂ ਕੰਮ 'ਤੇ ਆਉਂਦਾ ਪਿਆ ਸੀ, ਭਾਈ ਬਾਬਾ ਸਾਹਿਬ ਦੇ ਕਿੱਥੇ ਕੋਈ ਰੋਕ ਲਿਆ, ਕਿੱਥੇ ਕੋਈ ਦੀਪਕ। ਹਾਂਜੀ, ਕਿੰਨੇ ਵਿਅਕਤੀ ਸੀਗੇ? ਤਿੰਨ ਜਣੇ ਸੀ। ਮੋਟਰਸਾਈਕਲ 'ਤੇ ਸੀ? सूचना मिली कि बीड़ पुआद नेड़े एक व्यक्ति ते हमला हुआ है, जिस तो बाद उन्होंने मामले की अगली कारवाई शुरू कर दी। इनफॉरमेशन मिली है भी बीड़ पुआद गेट दे लागे झगड़ा होया, जिहड़ा दविंदर सिंह सानू सरूप सिंह वासी कालगढ़ जो MLA साहब धालीवाल साहब की कोठी कम करता है, ये अपने काम से आ रहा था, इनू तिना मुंडिया ने घेर के कुटिया। इनू इन्हें दस्या भी कौन व्यक्ति जिन्होंने कुटिया? नहीं, वो हजे नहीं कहिंदे, सानू हजे इन्हें पछाण नहीं हैगी, तो अणपछाते आ पहला ले कहिंदे वी असीं पता करके दसदे आ, जो बयान देणगे उहदे बयान दे आधार कार्रवाई की जाऊगी। हजे जिहड़ी MLR डाक्टर कट रहे सट्टां लगियां, इलाज चलता है। ਨਹੀਂ, ਉਹਨੇ ਕੁਛ ਕੋਈ ਗੱਲਬਾਤ ਵੀ ਨਹੀਂ ਕੀਤੀ ਹੈਗੀ ਵੀ ਕੌਣ ਬੰਦੇ ਪਹਿਚਾਣਦੇ ਆ, ਲੁੱਟ ਖੋਹ ਦੀ ਵਾਰਦਾਤ ਨੂੰ ਆਈ ਸੀ? ਨਹੀਂ, ਲੁੱਟ ਖੋਹ ਦੀ ਕੋਈ ਹੈਗੀ, ਉਹ ਕਹਿੰਦੇ ਵੀ ਤੈਨੂੰ ਤੂੰ ਸਾਨੂੰ ਤੰਗ ਕੀਤਾ ਆ, ਵੀ ਅਸੀਂ ਤੇਰਾ ਕੰਮ ਕਰਨ ਕਰਤਾ, ਕਹਿੰਦੇ ਕੁੱਟਣੀ ਆਈ ਸੀ, ਲੁੱਟ ਖੋਹ ਨਹੀਂ ਕੀਤੀ ਹੈਗੀ। ਜੋ ਇਹਨੇ ਕਿਹਾ ਕਿ ਮੈਂ ਜੇ ਤੁਸੀਂ ਕੁਛ ਲੈਣਾ ਮੇਰੇ ਤੋਂ ਲੈ ਲਓ, ਉਹ ਕਹਿੰਦੇ ਲੈਣਾ ਕੁਛ ਨਹੀਂ, ਕਹਿੰਦੇ ਕੁੱਟਣਾ ਸੀ। ਅਤੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ? ਜੋ ਬਿਆਨ ਦੇਣਗੇ ਤੁਹਾਡੇ ਨਾਲ ਵੈਕਸੀਨ ਕੀਤੀ ਜਾਊਗੀ। ਉੱਥੇ ਹੀ ਸਿਵਲ ਹਸਪਤਾਲ ਦੇ SMO ਨੇ ਦੱਸਿਆ ਕਿ ਉਹਨਾਂ ਕੋਲ ਇੱਕ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਆਇਆ ਸੀ, ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ। ਸਵੇਰੇ 9:30 ਦੀ ਇੱਕ ਪੇਸ਼ੈਂਟ ਆਇਆ ਮੇਰੇ ਕੋਲ, ਦਵਿੰਦਰ ਸਿੰਘ, ਸਨ ਆਫ ਸਰੂਪ ਸਿੰਘ, ਜਿਹੜਾ ਕਿ ਅਕਾਲਗੜ੍ਹ ਵਿਲੇਜ ਦਾ ਰਹਿਣ ਵਾਲਾ, 48 ਈਅਰ ਦਾ ਆਇਆ। ਉਹਦੀ ਅਲੈਜਡ ਹਿਸਟਰੀ ਆਫ ਅਸਾਲਟ ਹੈਗੀ ਹੈ, ਬੀੜ ਪਵਾਰ ਲੱਗੇ ਉਹ ਆ ਰਿਹਾ ਸੀਗਾ ਅਤੇ ਉਹਨੂੰ ਕੁਛ ਲੋਕਾਂ ਨੇ ਰੋਕ ਕੇ ਉਹਨੂੰ ਮਾਰਿਆ। ਉਹਦੇ ਮਲਟੀਪਲ ਇੰਜਰੀ ਸੀਗੀਆਂ, ਮੈਂ ਉਹਨੂੰ ਐਡਮਿਟ ਕੀਤਾ ਹੈ, ਉਹਦੇ ਸਟਿਚਿੰਗ ਕੀਤੀ ਹੈ, ਜੋ ਸਟਿਚਿੰਗ ਸੀ, ਜੋ ਇੱਕ ਫ੍ਰੈਕਚਰ ਲੱਗਦਾ ਸੀ ਉਸ ਸਪ੍ਰਿੰਟ ਲਗਾ ਕੇ ਐਕਸਰੇ ਕਰਵਾਉਣ ਵਾਸਤੇ ਭੇਜਤਾ ਪੇਸ਼ੈਂਟ ਨੂੰ, ਔਰ ਪੇਸ਼ੈਂਟ ਨੂੰ ਮੈਂ ਐਡਮਿਟ ਕਰਕੇ ਅਤੇ ਅਗਲੀ ਕਾਰਵਾਈ ਸ਼ੁਰੂ ਕਰ। ਖਤਰੇ 'ਚੋਂ ਬਾਹਰ ਆਈ ਵੈਸੇ? ਹਾਲੇ ਕਹਿ ਨਹੀਂ ਸਕਦੇ ਖਤਰੇ, ਕਿਉਂਕਿ ਮਲਟੀਪਲ ਇੰਜਰੀਜ਼ ਹੈ, ਇੰਜਰੀਜ਼ ਕਾਫੀ ਜ਼ਿਆਦਾ ਹੈਗੀ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਦੁਬਈ ਵਿੱਚ ਕੁੱਕ, ਨੈਨੀ, ਕਲੀਨਰ ਅਤੇ ਘਰ ਦਾ ਕੰਮ ਕਰਨ ਲਈ ਕੁੜੀਆਂ ਅਤੇ ਮੁੰਡਿਆਂ ਦੀ ਲੋੜ। 20 ਤੋਂ 50 ਸਾਲ ਦੀ ਉਮਰ ਦੇ ਲੋਕ ਉਠਾ ਸਕਦੇ ਇਹ ਫਾਇਦਾ। ਟੈਨਸ਼ਨ ਨਾ ਲਓ, ਹਰ ਮਹੀਨੇ ਮਿਲੇਗੀ 23,000 ਤੋਂ 25,000 ਰੁਪਏ ਤਨਖਾਹ। ਰਹਿਣਾ ਸਹਿਣਾ, ਖਾਣਾ ਪੀਣਾ ਸਭ ਹੋਵੇਗਾ ਕੰਪਨੀ ਵੱਲੋਂ। ਇਹੀ ਨਹੀਂ, ਸਕਿਲਡ ਅਤੇ ਲੇਬਰ ਦੇ ਕੰਮ ਤੋਂ ਇਲਾਵਾ ਦੁਬਈ ਦੇ ਟੂਰ ਪੈਕੇਜ ਵੀ ਉਪਲਬਧ। ਵੀਜ਼ਾ ਅਤੇ ਟਿਕਟ ਲਈ ਵੀ ਖਾਸ ਪ੍ਰਬੰਧ। ਵਧੇਰੇ ਜਾਣਕਾਰੀ ਲਈ ਹੁਣੇ ਸੰਪਰਕ ਕਰੋ 6284327737।